करना Big fall.
चमके Oh,
ਮਾਹੌਲ ਵਿੱਚ ਚੁੰਗੀਆਂ ਪੜਦਾ ਛਾਲਾ ਮਾਰਦਾ ਹਰਨ ਖੁਸ਼ੀ ਮਾਰ ਰਿਹਾ ਹੈ। ਪਰ ਗੁਰੂ ਕਹਿੰਦੇ ਨੇ ਇੱਕ ਖਿਆਲ ਕਰੀ, ਕੇਵਲ ਇੱਥੋਂ ਦੀ ਹਰਿਆਵਲ ਵੱਲ ਨਾ ਦੇਖੇ, ਜੰਗਲ ਦੀ ਆਪਣੀ ਖੂਬਸੂਰਤੀ ਹੈ, ਪਰ ਇਹਦੀ ਖੂਬਸੂਰਤੀ ਤੇ ਹੀ ਲੁਭਾਏ ਮਾਣ ਨਾ ਹੋ ਜਾਏ। ਇਸ ਜੰਗਲ ਦੇ ਦਰਖਤਾਂ ਦੀਆਂ ਠੰਡੀਆਂ ਛਾਵਾਂ ਦੇਖ ਕੇ ਨਾ ਭੁੱਲ ਜਾਏ। ਇੱਥੇ ਕੇਵਲ ਠੰਡੀਆਂ ਛਾਵਾਂ ਨਹੀਂ, ਗਰਮ ਹਵਾਵਾਂ ਵੀ ਨੇ। ਇੱਥੇ ਕੇਵਲ ਹਰੇ ਹਰੇ ਪੱਤਿਆਂ ਦੀ ਹਰਿਆਵਲ ਨਹੀਂ, ਇੱਥੇ ਪਤਾ ਨਹੀਂ ਸਮੇਂ ਨਾਲ ਪਤਝੜ ਵੀ ਆ ਜਾਂਦੀ ਹੈ। ਜਿਸ ਗੱਲ ਤੋਂ ਸੁਚੇਤ ਕਰਨਾ ਚਾਹੁੰਦਾ, ਗੁਰੂ ਕਹਿੰਦਾ ਉਹ ਤੈਨੂੰ ਪਤਾ ਹੋਵੇ, ਜੰਗਲਾਂ ਵਿੱਚ ਕੇਵਲ ਹਰਿਆਵਲ, ਕੇਵਲ ਪੱਤਿਆਂ ਦੀ ਖੂਬਸੂਰਤੀ ਹੀ ਨਹੀਂ ਹੁੰਦੀ, ਇੱਕ ਐਸੀ ਖਤਰੇ ਦੀ ਗੱਲ ਵੀ ਹੈ ਜਿਹੜੀ ਤੈਨੂੰ ਚੇਤੇ ਹੀ ਨਹੀਂ। ਕਦੇ ਸ਼ਿਕਾਰ ਕਰਨ ਵਾਲੇ ਸ਼ਿਕਾਰੀ ਵੀ ਜੰਗਲਾਂ ਵਿੱਚ ਹੀ ਹੋਵੇ ਨੇ, ਸ਼ਿਕਾਰੀ ਨੇ ਸ਼ਹਿਰਾਂ ਵਿੱਚ ਆ ਕੇ ਕੀ ਕਰਨਾ। ਕਿਸੇ ਸ਼ਿਕਾਰੀ ਨੇ ਬਾਜ਼ਾਰਾਂ ਵਿੱਚ ਜਾ ਕੇ ਕੀ ਕਰਨਾ ਹੈ। ਸ਼ਿਕਾਰੀ ਵੀ ਉਹਨਾਂ ਜੰਗਲਾਂ ਵਿੱਚ ਹੀ ਆਉਂਦੇ ਨੇ ਜਿੱਥੇ ਤੇਰੀ ਪਨਾਹਗਾਹ ਹੈ। ਹਰਨ ਨੂੰ ਮੁਖਾਤਬ ਕਰਦੇ ਨੇ, ਤੇਰੀ ਪਨਾਹ ਹੈ, ਤੇਰਾ ਟਿਕਾਣਾ ਹੈ, ਤੇਰਾ ਘਰ ਹੈ। ਉੱਥੇ ਹੀ ਸ਼ਿਕਾਰੀਆਂ ਨੇ ਆਉਣਾ, ਤੈਨੂੰ
ਪੰਨਾਂ ਦਾ ਤੇ ਦਿਸਦੀ ਹੈ, ਉਹਦੀ ਖੂਬਸੂਰਤੀ ਹਰਿਆਵਲ ਵੀ ਦਿਸਦੀ ਹੈ। ਇਸੇ ਲਈ ਤੂੰ ਖੁਸ਼ੀਆਂ ਦੀਆਂ ਚੁੰਗੀਆਂ ਭਰਦਾ ਹੈ, ਛਾਲਣਾ ਛਾਲਾ ਮਾਰਦਾ ਹੈ, ਵੇਖਾ ਫਿਰਨਾ। ਪਰ ਤੂੰ ਨਹੀਂ ਜਾਣਦਾ ਸ਼ਿਕਾਰੀ ਵੀ ਇੱਥੇ ਹੀ ਆਏਗਾ। ਇੱਕ ਪੱਖ, ਦੂਜਾ ਪੱਖ, ਉਹ ਇਹ ਕਿ ਹਰਨ ਦੇ ਲਫ਼ਜ਼ ਨਾਲ ਕਾਲਾ ਲਫ਼ਜ਼ ਕਿਉਂ ਵਰਤਿਆ ਨੇ? ਸੁਣੇ ਨਾ ਸੁਣੇ, ਇਹ ਸੁਣਨ ਵਾਲੇ ਤੇ ਨਿਰਭਰ ਕਰਦਾ ਹੈ। ਪਹਿਰੇਦਾਰ ਤਾਂ ਕੇਵਲ ਆਵਾਜ਼ ਦਿੰਦਾ ਹੈ, ਜਿਹੜਾ ਆਵਾਜ਼ ਸੁਣੇ ਹੀ ਨਾ। ਗੁਰੂ ਨੇ ਬਾਣੀ ਵਿੱਚ ਐਵੇਂ ਨਹੀਂ ਆਖਿਆ, ਕਹਿਣ ਲੱਗੇ ਸਪਸ਼ਟ ਲਫ਼ਜ਼ ਕੀ ਆਖਣ। ਕਹਿਣ ਲੱਗੇ ਸਵਾਣ ਪੂਛ ਜਿਉ ਭਇਓ ਨਾ ਸੂਧੋ ਕਹਿਓ ਨਾ ਕਾਂਡ ਹੈ। ਜਿਵੇਂ ਕੂਕਰ ਦੀ ਸਵਾਣ ਦੀ ਪੂਛ ਸਿੱਧੀ ਨਹੀਂ ਹੁੰਦੀ। ਕਹਿੰਦੇ ਨੇ ਕਿਸੇ ਨੇ 100 ਵਰਾ ਵੰਜਲੀ ਵਾਸ ਦੀ ਪੌੜੀ ਵਿੱਚ ਸਿੱਧੀ ਕਰਨ ਵਾਸਤੇ ਪੂਛ ਪਾ ਦਿੱਤੀ, ਉਹਦੇ ਮਗਰ ਬੰਨ ਦਿੱਤੀ ਤੇ 100 ਵਰੇ ਬਾਅਦ ਜਦੋਂ ਉਹਦੇ ਵਿੱਚੋਂ ਉਹ ਪੂਛ ਕੱਢੀ, ਫਿਰ ਉਸੇ ਰੂਪ ਵਿੱਚ ਉਸੇ ਰੰਗ ਵਿੱਚ ਉਸੇ ਡਿਜ਼ਾਇਨ ਵਿੱਚ ਸੀ। ਗੁਰੂ ਨੇ ਬਾਣੀ ਵਿੱਚ ਅੰਕਿਤ ਕੀਤਾ, ਕਹਿਣ ਲੱਗੇ ਸਵਾਣ ਪੂਛ ਜਿਉ ਭਇਓ ਨਾ ਸੂਧੋ ਕਹਿਓ ਨਾ ਕਾਨ ਧਰੇ। ਕਹਿਣ ਲੱਗੇ ਇਹੋ ਹਾਲਤ ਸਾਡੀ ਹੋ ਗਈ। ਗੁਰੂ ਕਹਿੰਦਾ ਰਿਹਾ 10 ਵਰਾ, 20 ਵਰਾ, 50 ਵਰਾ, ਉਹਨੇ ਤਾਂ 100 ਵਰਾ ਪੁੱਛੀ ਪਾਈ, ਗੁਰੂ ਨੂੰ ਤਾਂ 600 ਵਰਾ ਬੀਤ ਗਿਆ। ਕਹਿੰਦੇ ਗੁਰੂ ਨੂੰ ਲਗਭਗ 550 ਵਰਾ ਬੀਤ ਗਿਆ। ਕਹਿੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਜ ਵੀ ਸਾਡੇ ਦਰਮਿਆਨ ਵਿੱਚ ਇੱਕ ਗੱਲ ਬਾਰ ਬਾਰ ਸਮਝਾ ਕੇ ਆਖ ਰਿਹਾ, ਮੈਂ 550 ਵਰੇ ਵਿੱਚ ਤੈਨੂੰ ਸਿੱਧਾ ਨਹੀਂ ਕਰ ਸਕਿਆ। ਸਵਾਲ ਪੁੱਛ ਜਿਓ ਭਇਓ ਨਾ ਸੂਧੋ ਕਹਿਓ ਨਾ ਕਾਨ ਧਰੇ। ਕਾਨ ਧਰੇ ਦਾ ਮਤਲਬ ਹੁੰਦਾ ਹੈ ਆਵਾਜ਼ ਨੂੰ ਸੁਣਨਾ, ਆਪਣੇ ਕੋਲ ਰੱਖੇ ਨੇ, ਕੰਨਾਂ 'ਤੇ ਧਰਨਾ ਹੀ ਨਾ, ਸੁਣੀ ਅਣਸੁਣੀ ਕਰ ਦੇਣਾ। ਕਹਿਓ ਨਾ ਕਾਨ ਧਰੇ।
ਬਲਕਿ ਦੂਜੀ ਥਾਂ ਤੇ ਇਹ ਵੀ ਆਖ ਦਿੱਤਾ, ਕਹਿ ਹਾਰ ਨਾ ਮਾਨੇ ਸਿਰ ਖਾਕ ਛਾਨੇ। ਖਾਕ ਕਹਿੰਦੇ ਨੇ ਸਵਾਦ, ਕਹਿਣ ਲੱਗੇ ਜਿਨ੍ਹਾਂ ਦੀ ਸੰਗਤ ਵਿੱਚ ਜਿਨ੍ਹਾਂ ਦੇ ਸਾਥ ਵਿੱਚ ਤੂੰ ਆਪਣਾ ਤਨ ਮਨ ਸਭ ਕੁਝ ਲਾ ਦਿੱਤਾ, ਸਭ ਕੁਝ ਖਸਮ ਕਰ ਦਿੱਤਾ, ਲੇਖੇ ਲਾ ਦਿੱਤਾ, ਜਿਨ੍ਹਾਂ ਦੇ ਸਾਥ ਵਿੱਚ ਜਿਨ ਸੰਗ ਮਨ ਤਨ ਜਾਲੇ, ਜਿਨ੍ਹਾਂ ਦੀ ਸੰਗਤ ਵਿੱਚ ਜਿਨ੍ਹਾਂ ਦੇ ਕੋਲ ਬਹਿ ਕੇ ਜਿਨ੍ਹਾਂ ਦੇ ਸਮਰਪਣ ਹੋ ਕੇ ਤੂੰ ਤਨ ਮਨ ਜੀਵਨ ਸਾਰਾ ਜਲਾ ਦਿੱਤਾ, ਖਤਮ ਕਰ ਦਿੱਤਾ, ਹੋਇਆ ਕਿ ਜਦੋਂ ਤੂੰ ਗੁਰੂ ਦੀ ਗੱਲ ਨਹੀਂ ਸੁਣੀ ਉਹਨਾਂ ਨੇ ਤੇਰੇ ਸਿਰ ਵਿੱਚ ਹੀ ਸੁਆ ਪਾਈ। ਐਸਾ ਬਣੀ ਤਾਂ ਮੇਰਾ ਨਹੀਂ ਕਹਿਆ ਨਾ ਮਾਨੇ ਸਿਰ ਖਾਕ ਛਾਨੇ। ਜੇ ਤੁਸੀਂ ਗੁਰੂ ਦੀ ਗੱਲ ਨਹੀਂ ਮੰਨਣਾ ਮੰਨਾਂਗੇ ਨਹੀਂ ਸੁਣਾਂਗੇ ਨਹੀਂ ਸਮਝਾਂਗੇ ਤੇ ਸੰਸਾਰ ਬੋਲੀ ਵਿੱਚ ਤੇ ਇਹ ਹੋਏਗਾ ਸਿਰ ਸੋਹ ਪਏਗੀ। ਕੌੜੀ ਸੱਚਾਈ ਅੱਜ ਅਸੀਂ ਦੇਖ ਰਹੇ ਹਾਂ, ਤਾਂ ਫਿਰ ਪਰੇਸ਼ਾਨ ਵੀ ਹਾਂ। ਗੁਰੂ ਨੇ ਬਣ ਕੇ ਚੱਕ ਜਿਹੜੇ ਜਿਹੜੇ ਵੀ ਵੀਰ ਪੈਣਾ ਸਿੱਖੀ ਨਾਲ ਤੇ ਸਿੱਖੀ ਦੇ ਭਵਿੱਖ ਨਾਲ ਥੋੜ੍ਹਾ ਜਿਹਾ ਵੀ ਤੇਅ ਰੱਖਦੇ ਨੇ, ਇੰਟਰਸਟ ਲੈਂਦੇ ਨੇ, ਉਹ ਅੱਜ ਦੇ ਹਾਲਾਤਾਂ ਨੂੰ ਨਾਲ ਨਾਲ ਦੇਖ ਰਹੇ ਨੇ ਕੀ ਹੋ ਰਿਹਾ, ਜਿਹੜਾ ਹੋ ਨਹੀਂ ਰਿਹਾ। ਲੋਕ ਸਿਰ ਖਾਕ ਛਾਣਨੇ ਵਾਲੀ ਗੱਲ, ਲੋਕ ਸਾਡੀ ਮਜ਼ਾਕ ਉਡਾ ਰਹੇ ਨੇ। ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਕਹਿ ਹਾਰ ਨਾ ਮਾਨੇ ਸਿਰ ਖਾਕ ਛਾਣਨੇ, ਜਿਨ ਸੰਗ ਮਨ ਤਨ ਜਲ ਲਿਆ। ਕਹਿਣ ਲੱਗੇ ਹੇ ਕਾਲੇ ਹਰਨ, ਮੈਂ ਤੈਨੂੰ 550 ਵਾਰਾ ਬੀਤ ਗਿਆ ਸਮਝਾਉਂਦੇ ਆ, ਤੂੰ ਸੁਣ, ਤੂੰ ਸੁਣਦਾ ਹੀ ਨਹੀਂ, ਤੂੰ ਸੁਣ ਹਰਨਾ ਕਾਲਿਆ। ਹੁਣ ਇੱਥੇ ਲਫ਼ਜ਼ ਹਰਨ ਨੇ ਨਰਾ ਨਹੀਂ ਵਰਤੇ, ਹਰਨ ਤੇ ਕਈ ਰੰਗ ਆਉਂਦੇ ਨੇ ਆਮ ਕਰਕੇ ਹੌਕੀ ਦੇ ਆਪਣੇ, ਪਰ ਇੱਕ ਗੱਲ ਅਸੀਂ ਸਮਝਦੇ ਹਾਂ ਤੇ ਪੜ੍ਹਦੇ ਵੀ ਹਾਂ ਜਾਣਦੇ ਵੀ ਹਾਂ ਕਿ ਇਹਨਾਂ ਹਰਨਾਂ ਵਿੱਚ ਇੱਕ ਕਾਲਾ ਹਰਨ ਸਪੈਸ਼ਲ ਹੁੰਦਾ, ਕਾਲਾ ਹਰਨ ਸਪੈਸ਼ਲ ਹੁੰਦਾ, ਉਹ ਦੂਜਿਆਂ ਨਾਲੋਂ ਮਹਾਨ ਹੁੰਦਾ, ਵੱਖਰਾ ਹੁੰਦਾ, ਉਹਦੀ ਵੈਲਿਊ ਜ਼ਿਆਦਾ ਹੁੰਦੀ ਹੈ। ਕਾਰਨ ਕਿਉਂਕਿ ਕਹਿੰਦੇ ਨੇ ਕਾਲੇ ਹਰਨ ਦੀ ਨਾਭੀ ਵਿੱਚ ਕਸਤੂਰੀ ਹੁੰਦੀ ਹੈ। ਆ ਸਮਝਣੀ ਇਹ ਗੱਲ, ਲਫ਼ਜ਼ ਇੱਥੇ ਕਾਲਾ ਹਰਨ ਕਿਉਂ ਵਰਤਿਆ ਹੈ, ਮਿਰਗ ਤਿਸ਼ਨਾ ਜੋ ਝੂਠੋ ਇਹ ਜਗ ਦੇਖ ਤਾਸ ਉੱਠਦਾ ਵੈ ਮਿਰਗ ਦੀ ਹਰਨ ਹਰਨ ਦੀ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਐਗਜ਼ਾਮਪਲ ਇੱਕ ਥਾਂ ਨਹੀਂ ਦੋ ਥਾਂ ਨਹੀਂ ਅਨੇਕਾਂ ਥਾਵਾਂ ਤੇ, ਹਰਨ ਨੇ ਕਾਲਾ ਹਰਨ ਨਾਲ ਲਫ਼ਜ਼ ਕਾਲਿਆ ਵਰਤਿਆ ਤੇ ਆਖਿਆ ਤੇਰੀ ਤਾਂ ਸ਼ਿਕਾਰੀ ਸਪੈਸ਼ਲ ਪਾਠ ਕਰਦਾ, ਕਾਰਨ ਕੀ ਹੋਰ ਕਿਸੇ ਹਰਨ ਨੂੰ ਮਾਰੇਗਾ ਉਹਨੂੰ ਮਾਸ ਮਿਲ ਸਕਦਾ, ਉਹਨੂੰ ਹਰਨ ਦੀ ਖਲ ਮਿਲ ਸਕਦੀ, ਉਹਨੂੰ ਹਰਨ ਦੇ ਸਿੰਘ ਮਿਲ ਸਕਦੇ ਨੇ, ਬਸ ਜਿਨ੍ਹਾਂ ਦੀ ਉਹ ਕੀਮਤ ਨੇ। ਪਰ
ਜੇ ਤੂੰ ਦੀ ਜ਼ਦ ਵਿੱਚ ਆ ਜਾਏ, ਉਹਦੇ ਤੀਰ ਦੇ ਘੇਰੇ ਵਿੱਚ ਆ ਜਾਏ, ਉਹਦੀ ਗੋਲੀ ਦੇ ਘੇਰੇ ਵਿੱਚ ਆ ਜਾਏ, ਤਾਂ ਵਿਸ਼ਵਾਸ ਕਰ ਮੇਰਾ ਸਕਿਨ ਖਲ ਮਾਸ ਜਾਂ ਸਿੰਘ ਹੀ ਨਹੀਂ, ਸਭ ਤੋਂ ਵੱਡੀ ਕੀਮਤੀ ਚੀਜ਼ ਜਿਹੜੀ ਤੇਰੇ ਕੋਲ ਹੈ ਉਹ ਵੀ ਉਹਦੇ ਹੱਥ ਆ ਜਾਂਦੀ, ਉਹ ਹੈ ਕਸਤੂਰੀ। ਕਸਤੂਰੀ ਇਸ ਲਈ ਸ਼ਿਕਾਰੀ ਜਦੋਂ ਜੰਗਲ ਵਿੱਚ ਨਿਕਲੇਗਾ, ਹੇ ਕਾਲੇ ਹਰਨ, ਤੇਰੇ ਤੇ ਉਹਦੀ ਖਾਸ ਅੱਖ ਹੋਏਗੀ। ਜੇ ਕਾਲਾ ਹਰਨ ਮੇਰੇ ਘੇਰੇ ਵਿੱਚ ਆ ਜਾਏ ਤਾਂ ਇਹਦੀ ਮੌਤ, ਇਹਦਾ ਮਾਰਨਾ ਮੇਰੇ ਲਈ ਜ਼ਿਆਦਾ ਕੀਮਤੀ ਹੈ। ਲਓ ਰੁਕਣਾ ਚਾਹੁੰਦਾ, ਅੱਜ ਵੀ ਮੈਦਾਨ ਵਿੱਚ ਸ਼ਿਕਾਰੀ ਆ ਗਿਆ, ਹੇ ਕਾਲੇ ਹਰਨ ਤੂੰ ਅਚੇਤ ਹੀ ਰਹੋ, ਤੈਨੂੰ ਪਤਾ ਹੀ ਨਹੀਂ ਕਿ ਤੇਰੇ ਕੋਲ ਸਿਧਾਂਤ ਦੀ, ਗੁਰੂ ਦੇ ਬਖਸ਼ੇ ਹੋਏ ਸਿਧਾਂਤ ਦੀ ਕਸਤੂਰੀ ਹੈ ਜਿਹੜੀ ਹਰ ਕਿਸੇ ਕੋਲ ਨਹੀਂ। ਤੇਰੇ ਕੋਲ ਕਸਤੂਰੀ ਹੈ ਜਿਹੜੀ ਸਿਧਾਂਤ ਦੀ, ਜੀਵਨ ਸ਼ੈਲੀ ਦੀ ਕਸਤੂਰੀ ਜਿਹੜੀ ਹੈ ਉਹ ਹਰ ਕਿਸੇ ਕੋਲ ਨਹੀਂ। ਇਹਨਾਂ ਨੇ ਪੰਜਾਬ ਹਿੰਦੁਸਤਾਨ ਦੀ ਧਰਤੀ ਤੇ ਬੋਧੀ ਮਾਰੇ, ਲੱਖਾਂ ਦੀ ਤਾਦਾਦ ਵਿੱਚ ਬੋਧੀ ਮਾਰ ਕੇ ਬੁੱਧ ਧਰਮ ਖਤਮ ਕੀਤਾ, ਇੱਕ ਧਰਮ ਖਤਮ ਕੀਤਾ, ਠੀਕ ਹੈ, ਪਰ ਉਹਨਾਂ ਕੋਲ ਉਹਨੂੰ ਕਸਤੂਰੀ ਨਹੀਂ ਮਿਲੀ। ਉਹ ਸਿੱਖ ਸਿਧਾਂਤ ਆ ਜਿਹਦੀ ਮਹਾਨਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲੀ ਸੀ ਉਹ ਨਹੀਂ ਸੀ, ਕੁਰਬਾਨੀਆਂ ਨੇ ਉਹਨਾਂ ਦੀਆਂ। ਪਰ ਕਿੱਡੀ ਅਜੀਬ ਗੱਲ ਹੈ, ਜਿਹਨਾਂ ਕੋਲ ਕਸਤੂਰੀ ਨਹੀਂ ਸੀ ਉਹਨਾਂ ਨੂੰ ਮਾਰਿਆ ਗਿਆ, ਭਾਵੇਂ ਸ਼ਿਕਾਰੀ ਦੇ ਹੱਥ ਕਸਤੂਰੀ ਨਹੀਂ ਆਈ, ਉਹਨੇ ਕੇਵਲ ਹਰਨ ਨੂੰ ਨਹੀਂ ਮਾਰਿਆ, ਪਰ ਉਸ ਹਰਨ ਨੇ ਤੇ ਉਸ ਹਰਨ ਦੀ ਨਸਲ ਨੇ ਇੰਨੀ ਕੁ ਗੱਲ ਸਮਝ ਲਈ ਕਿ ਸ਼ਿਕਾਰੀ ਸਾਡਾ ਮਿੱਤਰ ਨਹੀਂ, ਸ਼ਿਕਾਰੀ ਸਾਡਾ ਮਿੱਤਰ ਨਹੀਂ, ਇਹਦੇ ਕੋਲ ਕਿਵੇਂ ਬਚਣਾ। ਉਹਨਾਂ ਉਹ ਜੰਗਲ ਹੀ ਛੱਡ ਦਿੱਤਾ, ਨੇੜੇ ਨੇੜੇ ਦੇ ਜਿੰਨੇ ਜੰਗਲ ਸਨ, ਥਾਈਲੈਂਡ ਹੈ, ਸਿੰਗਾਪੁਰ ਹੈ, ਮਲੇਸ਼ੀਆ ਹੈ, ਬੋਧੀ ਹੋ ਗਏ, ਬੋਧੀ ਹੋ ਗਏ। ਔਰ ਨੇਪਾਲ ਦਾ ਹਿੱਸਾ ਹੈ, ਹਿੰਦੁਸਤਾਨ ਦਾ ਹਿੱਸਾ ਮੰਨੇ ਜਾਂਦੇ ਸੀ, ਬੋਧੀ ਹੋ ਗਏ। ਤੁਸੀਂ ਇੱਥੋਂ ਦਾ ਇਤਿਹਾਸ ਪੜ੍ਹਦੇ ਹੋ, ਤੁਹਾਡੇ ਸਾਹਮਣੇ ਐਸਾ ਇਤਿਹਾਸ ਇਹਨਾਂ ਮੁਲਕਾਂ ਵਿੱਚ ਵੀ ਵਾਪਰਿਆ, ਪਰ ਇੱਕ ਖਿਆਲ ਕਰਿਓ, ਹਾਲਾਂਕਿ ਉਹਨਾਂ ਕੋਲੋਂ ਸ਼ਿਕਾਰੀ ਦੇ ਹੱਥ ਕਸਤੂਰੀ ਨਹੀਂ ਆਈ, ਕਿਉਂਕਿ ਹੈ ਨਹੀਂ ਸੀ। ਜੋ ਗੁਰਮਤਿ ਸਿਧਾਂਤ, ਜੋ ਜੀਵਨ ਸ਼ੈਲੀ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਤੁਹਾਡੇ ਕੋਲ ਹੈ ਉਹ ਉਹਨਾਂ ਕੋਲ ਨਹੀਂ ਸੀ, ਪਰ ਸ਼ਿਕਾਰੀ ਨੇ ਉਹਨਾਂ ਦਾ ਵੀ ਲਿਹਾਜ਼ ਨਹੀਂ ਕੀਤਾ, ਉਹ ਕਹਿੰਦਾ ਜੋ ਮਿਲਿਆ ਹੋਇਆ ਸੀ। ਪਰ ਇੱਕ ਖਿਆਲ ਕਰੋ, ਕਹਿਣ ਲੱਗੇ ਤੇਰੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਸਤੂਰੀ ਹੈ, ਅੱਜ ਉਹ ਤੇਰੀ ਕਸਤੂਰੀ ਤੇ ਕਬਜ਼ਾ ਕਰਨਾ ਚਾਹੁੰਦੇ, ਉਹ ਤੇਰੇ ਕੋਲ ਨਾ ਰੱਖੇ ਅੱਜ ਹਮਲੇ ਇਸ ਗੱਲ ਤੇ ਵੀ ਤੇਰੀ ਕਸਤੂਰੀ, ਤੇਰਾ ਕੋਲ ਜਿਹੜਾ ਸਿਧਾਂਤ ਹੈ ਉਹ ਤੇਰੇ ਕੋਲ ਨਾ ਰਹੇ, ਔਰ ਵੱਡੇ ਹਮਲੇ ਹੈ ਨਹੀਂ ਅੱਜ ਇਸ ਲਈ ਸੁਖੀ ਤੇ। ਗੁਰੂ ਦੇ ਦਰਬਾਰ ਵਿੱਚ ਬੈਠੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਰਾਹੀਂ ਅਸੀਂ ਜੀਵਨ ਨੂੰ ਤਾਂ ਸੁਚੇਤ ਕਰਨਾ ਹੀ ਕਰਨਾ ਸਾਡਾ, ਇਹਦਾ ਗੱਲ ਕੋਈ ਰਾਜਨੀਤੀ ਨਾ ਸਮਝਿਓ, ਰਾਜਨੀਤੀ ਨਹੀਂ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੁਆਰਾ ਮਨ ਨੂੰ, ਅਚੇਤ ਮਨ ਨੂੰ ਸੁਚੇਤ ਕਰਨ ਦੀਆਂ ਗੱਲਾਂ ਨੇ, ਹੈ ਹੀ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਚੇਤ ਕਰਨ ਵਾਸਤੇ। ਤੇ ਗੁਰੂ ਨੇ ਆਖਿਆ ਭਲਿਆ ਤੂੰ ਕਾਲੇ ਹਰਨ ਵਾਂਗੂ ਹੈ, ਦੇਖ ਤੂੰ ਇਸ ਵਾੜ ਵਿੱਚ ਭਾਵ ਇਸ ਵਾੜੀ ਵਿੱਚ ਇਸ ਜੰਗਲ ਵਿੱਚ ਕਿਵੇਂ ਰੰਗਿਆ ਗਿਆ, ਕਿਵੇਂ ਰੱਤਿਆ ਗਿਆ, ਕਿਵੇਂ ਮਨ ਲਾ ਬੈਠਾ,
ਕਹਿਣ ਲੱਗੇ ਤੂੰ ਜੰਗਲ ਵਿੱਚ ਸ਼ਿਕਾਰੀ ਤੇਰਾ ਪਿੱਛਾ ਕਰ ਰਿਹਾ, ਉਹ ਤੇਰੇ ਕਸਤੂਰੀ, ਤੂੰ ਕਾਲਾ ਹਰਨ ਹੈ ਤੇ ਇੰਨਾ ਬੇਫਿਕਰ ਬਣ ਕੇ ਫਿਰ ਰਹੇ। ਮਨਿਸਟਰੀਆਂ ਚੰਗੀਆਂ ਲੱਗਦੀਆਂ, ਜਥੇਦਾਰੀਆਂ ਚੰਗੀਆਂ ਲੱਗਦੀਆਂ, ਹਰ ਕੋਈ ਇਸਨੂੰ ਮਾਣਨਾ ਚਾਹੁੰਦਾ। ਪਿਛਲੇ ਦਿਹਾੜਿਆਂ ਵਿੱਚ ਗੁਰਬਾਣੀ ਦੇ ਸ਼ਬਦ ਦੀ ਇੱਕ ਐਗਜ਼ਾਮਪਲ ਦਿੱਤੀ ਸੀ। ਸਤਿਗੁਰੂ ਨੇ ਆਖਿਆ ਸੀ ਗਿੱਲੀ ਗਿੱਲੀ ਰੋਡੜੀ ਭੰਦੀ ਭਾਗ ਭਵਿਆ ਹੈ, ਗੁੜ ਦੀ ਰੋੜੀ ਗਿੱਲੀ ਹੋ ਜਾਂਦੀ ਹੈ, ਮੱਖੀ ਨੂੰ ਫਿਰ ਵੀ ਗੁੜ ਦੀ ਰੋੜੀ ਦੀ ਮਿਠਾਸ ਨਾਲ ਸੰਬੰਧ ਕੋਈ ਨਹੀਂ। ਇਹ ਨਹੀਂ ਸੋਚਦੀ ਵੀ ਇਹ ਗੁੜ ਦੀ ਰੋੜੀ ਗਿੱਲੀ ਹੈ ਮੇਰੀ ਮੌਤ ਦਾ ਕਾਰਨ ਬਣੇਗੀ। ਉਹ ਆਪਣੀਆਂ ਉਡਾਰੀਆਂ ਛੱਡ ਕੇ ਜੰਮ ਕੇ ਬਹਿ ਜਾਂਦੀ ਹੈ ਉਸ ਗਿੱਲੀ ਗੁੜ ਦੀ ਰੋੜੀ ਤੇ। ਗੁਰੂ ਨੇ ਆਵਾਜ਼ ਦਿੱਤੀ, ਆਖਿਆ ਗਿੱਲੀ ਗਿੱਲੀ ਰੋਡੜੀ ਪਵੰਦੀ ਭਾਵ ਭਵ ਆਏ, ਜੋ ਬੈਠੇ ਸੇ ਪਾਥਿਆ ਉਭਰੇ ਭਾਗ ਮਥਾਏ। ਜਿਹੜਾ ਇਸ ਪਦਵੀਆਂ ਦੀ ਭਾਲ ਨੂੰ ਚੰਬੜ ਕੇ ਬਹਿ ਗਿਆ, ਜਿਹੜਾ ਇਹਨੂੰ ਮਿਨਿਸਟਰੀਆਂ ਦੇ ਲੋਭ ਨੂੰ ਚੰਬੜ ਕੇ ਬਹਿ ਗਿਆ, ਉਹ ਸਮਝ ਲੈ ਕਿ ਅਸੀਂ ਚਾਰ ਦਿਨ ਦੇ ਬਿਲਕੁਲ ਮਿੱਠਾ ਚਾਰ ਦਿਨ ਜਿਹਦੇ ਵਿੱਚੋਂ ਦੁੱਖ ਪੈਦਾ ਹੋਣ, ਜਿਹਦੇ ਵਿੱਚੋਂ ਸ਼ਹੀਦੀਆਂ ਪੈਦਾ ਹੋਣ, ਜਿਹਦੇ ਵਿੱਚੋਂ ਮਨੁੱਖਤਾ ਦੀ ਮੌਤ ਜਨਮ ਲਵੇ, ਵਿਸ਼ਵਾਸ ਕਰਿਓ ਉਸ ਫਲ ਨੂੰ ਅੰਮ੍ਰਿਤ ਫਲ ਨਹੀਂ ਆਖਿਆ ਜਾ ਸਕਦਾ। ਉਹ ਫਲ ਜ਼ਹਿਰ ਦਾ ਫਲ ਹੈ। ਗੁਰੂ ਨੇ ਆਖਿਆ ਬਿਲਕੁਲ ਮਿੱਠਾ ਚਾਰ ਦਿਨ, ਫਿਰ ਹੋਵੇ ਤਾਤਾ ਰਾਮ, ਫਿਰ ਉਹਦੇ ਚ ਦੁੱਖ ਹੀ ਦੁੱਖ ਨੇ। ਮਨੁੱਖ ਦੁੱਖਾਂ ਚ ਘਿਰ ਜਾਂਦਾ, ਇੰਨੇ ਵੱਡੇ ਦੁੱਖਾਂ ਦੇ ਜਾਲ ਵਿੱਚ ਫਸਦਾ, ਮੁੜ ਕੇ ਆਏ ਤੇ ਨਵੀਂ ਤੋਂ ਨਵੀਂ ਕੋਸ਼ਿਸ਼ ਕਰਦਾ, ਇੱਕ ਤੰਗ ਹਰ ਤੰਦ ਤੋੜਦੇ ਹਾਂ, ਭਲਾ ਇਸ ਜਾਲ ਵਿੱਚੋਂ ਨਿਕਲ ਜਾਵਾਂ, ਅਗਲੀ ਤੰਦ ਫਿਰ ਉਲਝਾ ਲੈਂਦੀ। ਅੱਜ ਅਸੀਂ ਜੀਵਨ ਅੰਦਰ ਇਹ ਦੇਖ ਰਹੇ ਹਾਂ, ਸਿੱਖੀ ਦੇ ਜੀਵਨ ਵਿੱਚ ਜੋ ਕੁਝ ਅੱਜ ਪੰਜਾਬ ਦੀ ਧਰਤੀ ਤੇ ਹੋ ਰਿਹਾ, ਜ਼ਰਾ ਨੇੜੇ ਹੋ ਕੇ ਦੇਖਦੇ ਚੱਲੋ। ਮੇਰਾ ਹੋਰ ਕੋਈ ਮਤਲਬ ਨਹੀਂ, ਇੱਕ ਜਾਲ ਵਿੱਚੋਂ ਇੱਕ ਤੰਦ ਕੱਢਨੇ ਆ ਵੀ ਭਲਾ ਇੱਥੋਂ ਸਾਡਾ ਰਾਹ ਬਣ ਜਾਏ, ਅਗਲੀ ਤੰਦ ਵਿੱਚ ਫਿਰ ਫਸ ਜਾਂਦੇ। ਗੁਰੂ ਨੇ ਆਖਿਆ ਬਿਖ ਫਲ ਮਿੱਠਾ ਚਾਰ ਦਿਨ, ਫਿਰ ਹੋਵੇ ਤਾਤਾ ਰਾਮ। ਅਗਲੇ ਪਾਸੇ ਇੱਕ ਐਗਜ਼ਾਮਪਲ ਦਿੰਦੇ ਨੇ, ਕਹਿਣ ਲੱਗੇ ਚੰਗਾ ਤੂੰ ਮਸਤ ਹੋ ਕੇ ਪਿਆ ਫਿਰਨਾ, ਇਹ ਗੱਲ ਵੱਖਰੀ ਹੈ ਇਸ ਜੰਗਲ ਵਿੱਚ, ਪਰ ਤੈਨੂੰ ਪਤਾ ਹੋਵੇ ਇੱਥੇ ਦੁੱਖ ਵੀ ਪੈਦਾ ਹੁੰਦੇ ਨੇ ਜਿਹੜੇ ਹੋ ਰਹੇ ਨੇ। ਕਹਿਣ ਲੱਗੇ ਫਿਰ ਹੋਏ ਤਾਤਾ ਖਰਾ ਮਾਤਾ, ਤੂੰ ਮਸਤ ਹੋ ਕੇ ਫਿਰਦੇ ਆ ਬਿਨਾਂ ਪ੍ਰਭੂ ਦੇ ਨਾਮ ਦੇ, ਬਿਨਾਂ ਸਿਮਰਨ ਦੇ, ਬਿਨਾਂ ਇਕਾਗਰਤਾ ਦੇ, ਬਿਨਾਂ ਤਿਆਗ ਦੇ। ਵਿਸ਼ਵਾਸ ਕਰ, ਇਹ ਸਾਰਾ ਜਿਹੜਾ ਨਾਮ ਬਿਨ ਪ੍ਰਤਾਪ ਹੈ, ਇਹ ਜੋ ਪ੍ਰਗਟ ਹੋ ਰਿਹਾ ਹੈ, ਪੈਦਾ ਹੋ ਰਿਹਾ ਹੈ, ਇਹ ਕਿਸ ਤਰ੍ਹਾਂ ਹੈ? ਅਗਲੇ ਪਾਸੇ ਇੱਕ ਐਗਜ਼ਾਮਪਲ ਹੈ, ਕਹਿੰਦੇ ਉਹ ਇਸ ਤਰ੍ਹਾਂ ਹੀ ਹੈ। ਉਹ ਜੇਬ ਸਾਇਰ ਦੇ ਲਹਿਰੀ ਸਾਰ, ਕਹਿੰਦੇ ਨੇ ਸਮੁੰਦਰ ਨਾਲ ਸਾਗਰ ਨਾਲ, ਜਿਵੇਂ ਸਮੁੰਦਰ ਦੇ ਵਿੱਚ ਲਹਿਰਾਂ ਉੱਠਦੀਆਂ ਨੇ, ਤੂੰ ਇਹਨਾਂ ਸੁੱਖਾਂ ਤੇ ਨਿਰਭਰ ਹੋ ਰਿਹਾ, ਤੂੰ ਇਹਨਾਂ ਪਦਵੀਆਂ ਨੂੰ ਫੜ ਕੇ ਬੈਠਾ ਹੈ, ਇਹਨਾਂ ਜਥੇਦਾਰੀਆਂ ਤੇ ਮਿਨਿਸਟਰੀਆਂ ਵਿੱਚ ਤੂੰ ਆਪਣਾ ਸੁੱਖ ਭਾਲ ਰਿਹਾ। ਵਿਸ਼ਵਾਸ ਕਰ, ਇਹ ਸਾਰਾ ਸੁੱਖ ਇਉਂ ਹੀ ਹੈ ਜਿਵੇਂ ਸਾਗਰ ਵਿੱਚ ਲਹਿਰ ਉੱਠਦੀ ਹੈ। ਲਹਿਰ ਦੀ ਆਪਣੀ ਕੀ ਹੋਂਦ ਹੈ?
ਕੁਛ ਨਹੀਂ ਸਾਗਰ ਲਹਿਰ ਵੀ ਇਹ ਤਾਂ ਸੰਸਾਰ ਜਿਹੜਾ ਸਾਗਰ ਦੀ ਲਹਿਰ ਵਾਂਗੂ ਹੈ ਬਿਜਲ ਜਿਵੇਂ ਚਮਕ ਹੈ ਦੋ ਐਗਜ਼ਾਂਪਲ ਉਹ ਜੇਬ ਸਾਇਰ ਦੇ ਲਹਿਰੀ ਜਿਵੇਂ ਲਹਿਰ ਉੱਠਦੀ ਹੈ ਸਾਗਰ ਵਿੱਚ ਆਉਂਦੀ ਕੋਈ ਹੋਂਦ ਨਹੀਂ ਹੈ ਇੱਥੋਂ ਉੱਠੀ ਕਿਨਾਰੇ ਨਾਲ ਟਕਰਾਈ ਖਤਮ ਹੋ ਗਈ ਪਿੱਛੇ ਹੋਰ ਲਹਿਰ ਆਈ ਕਿਨਾਰੇ ਨਾਲ ਟਕਰਾਈ ਖਤਮ ਹੋ ਗਈ ਖਤਮ ਅਗਲੀ ਐਗਜ਼ਾਂਪਲ ਹੈ ਬਿਜਲ ਜਿਵੇਂ ਚਮਕਾ ਜਿਵੇਂ ਆਸਮਾਨ ਤੋਂ ਬਿਜਲੀ ਚਮਕਦੀ ਹੈ ਮੈਂ ਇੱਕ ਵਾਰ ਕੀਤੀ ਸੀ ਕਿੰਨੀ ਅਜੀਬ ਗੱਲ ਹੈ ਕਿ ਜਦੋਂ ਤੱਕ ਮਨੁੱਖ ਨੂੰ ਪਤਾ ਹੀ ਲੱਗਦਾ ਨਾ ਕਿ ਬਿਜਲੀ ਚਮਕੀ ਉਦੋਂ ਤੱਕ ਬੁੱਝ ਵੀ ਚੁੱਕੀ ਹੁੰਦੀ ਮਨੁੱਖ ਸਮਝਦਾ ਬਿਜਲੀ ਚਮਕੀ ਉਹ ਬਿਜਲੀ ਕਾਹਦੀ ਹੈ ਜਿਹੜੀ ਰੋਸ਼ਨੀ ਨਹੀਂ ਦੇ ਸਕਦੀ ਉਹ ਬਿਜਲੀ ਕਾਹਦੀ ਹੈ ਜਿਹੜੀ ਰਾਹ ਨਹੀਂ ਦਿਖਾ ਸਕਦੀ ਉਹ ਬਿਜਲੀ ਕਾਹਦੀ ਕਾਹਦੀ ਹੈ ਜਿਹੜੀ ਭਵਿੱਖ ਉਜਵਲ ਨਹੀਂ ਕਰ ਸਕਦੀ ਜਿਹੜੀ ਘਰ ਰੋਸ਼ਨ ਨਹੀਂ ਕਰ ਸਕਦੀ ਬਲਕਿ ਕਈਆਂ ਦੇ ਘਰ ਬਰਬਾਦ ਕਰ ਜਾਂਦੀ ਹੈ ਇਹ ਆਸਮਾਨ ਦੀ ਬਿਜਲੀ ਪਰ ਚਮਕਦੀ ਹੈ ਚਕਾਚੋਂ ਦਾ ਚਮਕਦੀ ਹੈ ਬੜੀ ਸ਼ਕਤੀ ਹੈ ਇਹਦੇ ਵਿੱਚ ਜਦੋਂ ਚਮਕਦੀ ਅੱਖਾਂ ਚੋਂ ਦਿਹਾ ਜਾਂਦੀਆਂ ਨੇ ਪਰ ਹੋਂਦ ਇਹਦੀ ਇੱਕ ਸਕਿੰਟ ਦੀ ਵੀ ਨਹੀਂ ਹੁੰਦੀ ਕਹਿਣ ਲੱਗੇ ਇਹੋ ਹਾਲਤ ਹੈ ਪਦਵੀਆਂ ਦੇ ਲਾਲਚ ਦੀ ਲੋਭ ਦੀ ਜਥੇਦਾਰੀਆਂ ਅਤੇ ਮਿਨਿਸਟਰੀਆਂ ਅਤੇ ਦੌਲਤ ਦੇ ਲੋਭ ਦੀ ਵੇਖਣ ਨੂੰ ਬੜਾ ਚੰਗਾ ਲੱਗਦਾ ਵੀ ਖੌਰੇ ਮੈਂ ਪਲਾਂ ਵਿੱਚ ਮਹੀਨਿਆਂ ਵਿੱਚ ਮੈਂ ਤਾਂ ਅਮੀਰ ਹੋ ਜਾਵਾਂਗਾ ਦੌਲਤ ਦੇ ਮੇਰੇ ਘਰ ਬਾਹਰ ਲੱਗ ਜਾਣ ਪਰ ਨਹੀਂ ਸਮਝਦਾ ਇਹ ਤਾਂ ਬਿਜਲੀ ਦੀ ਚਮਕ ਵਾਂਗੂ ਹੈ ਤੇਰਾ ਇਹਨਾਂ ਦੌਲਤਾਂ ਨੇ ਕੁਝ ਨਹੀਂ ਸਵਾਲਣਾ ਜਿਹਨੂੰ ਸਮਝਾ ਰਿਹਾ ਅਤੇ ਕਹਿ ਰਹੇ ਜੇਬ ਸਾਇਰ ਦੇ ਲਹਿਰੀ ਉਹ ਜੇਬ ਸਾਇਰ ਦੇ ਲਹਿਰੀ ਬਿਜਲੀ ਜਿਵੇਂ ਚਮਕ ਜਿਵੇਂ ਬਿਜਲੀ ਦੀ ਚਮਕ ਤੂੰ ਬਿਜਲੀ ਦੀ ਚਮਕ ਨੂੰ ਫੜ ਕੇ ਬੈਠੀ ਸਮਝਣਾ ਇਹੋ ਹੀ ਮੇਰਾ ਘਰ ਰੋਸ਼ਨ ਕਰਦੇ ਲੱਗੇ ਇਹ ਤਾਂ ਤੇਰਾ ਘਰ ਬਰਬਾਦ ਕਰ ਰਹੀ ਹੈ ਰੋਸ਼ਨ ਨਹੀਂ ਕਰ ਰਹੀ ਜਿੰਦਾ ਸਹਾਰਾ ਲੈ ਰਹੇ ਹੈ ਇਹ ਤਾਂ ਤੇਰਾ ਘਰ ਬਰਬਾਦੀ ਵੱਲ ਲਿਜਾ ਰਹੀ ਹੈ ਆਬਾਦੀ ਪਰ ਇੱਕ ਸਵਾਲ ਨਹੀਂ ਰਹੀ ਕਹਿਣ ਲੱਗੇ ਇਸ ਲਈ ਮੈਂ ਤੈਨੂੰ ਇੱਕ ਗੱਲ ਫੈਸਲੇ ਨਾਲ ਕਹਿਣਾ ਚਾਹੁੰਦਾ ਤੂੰ ਤਾਂ ਰੱਬ ਵੀ ਭੁੱਲ ਗਿਆ ਸੋਏ ਤੁਝੇ ਵਿਸਾਰਿਆ ਸੱਚ ਕਹੇ ਨਾਨਕ ਮੈਂ ਸਮਝਦਾ ਜਿੱਥੇ ਗੁਰੂ ਨਾਨਕ ਇਹੋ ਲਫ਼ਜ਼ ਵਰਤੇ ਨਾ ਇਹ ਉਲਾਂਭੇ ਦਾ ਜਦੋਂ ਆਪਾਂ ਕਿਸੇ ਨੂੰ ਕੋਈ ਗੱਲ ਕਰੀਏ ਤੇ ਆਖੇ ਮੈਂ ਤੈਨੂੰ ਸੱਚ ਕਹਿਣਾ ਉਦੋਂ ਮਤਲਬ ਹੁੰਦਾ ਵੀ ਇਹਨੂੰ ਅਜੇ ਮੇਰੀ ਗੱਲ ਤੇ ਸ਼ੱਕ ਹੈ ਜਦੋਂ ਬਣਾ ਕੇ ਆਖਿਆ ਜਾਏ ਨਾ ਮੈਂ ਤੈਨੂੰ ਸੱਚ ਕਹਿਣਾ ਇਹਦਾ ਮਤਲਬ ਤੈਨੂੰ ਅਜੇ ਮੇਰੇ ਸੱਚ ਤੇ ਵੀ ਸ਼ੱਕ ਹੈ ਗੁਰੂ ਨਾਨਕ ਕਹਿੰਦੇ ਨੇ ਮੈਂ ਤੈਨੂੰ ਸਮਝਾ ਸਮਝਾ ਕੇ ਥੱਕ ਗਿਆ 550 ਵਰੇ ਤੂੰ ਹੇ ਕਾਲੇ ਹਰਨ ਤੇਰੇ ਕੋਲ ਸਿਧਾਂਤ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਕਸਤੂਰੀ ਹੈ ਤੇ ਸ਼ਿਕਾਰੀ ਦੀ ਨਿਗਾਹ ਤੇਰੇ ਤੇ ਹੈ ਤੈਨੂੰ ਸਮਝਾ ਰਿਹਾ ਤੈਨੂੰ ਵਿਸ਼ਵਾਸ ਹੀ ਨਹੀਂ ਆ ਰਿਹਾ
ਅਖੀਰ ਮੈਨੂੰ ਇਹ ਗੱਲ ਕਹਿਣੀ ਪਈ, ਕਹਿਣ ਲੱਗੇ ਸੱਚ ਕਹੇ ਨਾ ਸੁਣੀ ਦੇਸ਼ਾਂ ਵਿੱਚ ਬੈਠੇ ਹੋਈਏ ਅਤੇ ਆਪਣੇ ਆਪ ਨੂੰ ਸੇਫ ਸਮਝੀਏ, ਪਰ ਸਿੱਖੀ ਦਾ ਮਨੁੱਖਤਾ ਦਾ ਆਪਸੀ ਵੀ ਕੋਈ ਰਿਸ਼ਤਾ ਹੈ। ਕੋਈ ਮਨੁੱਖ ਜਿਹੜਾ ਮਾਨਵਵਾਦੀ ਸੋਚ ਰੱਖਦਾ ਉਹ ਮਨੁੱਖਤਾ ਦੇ ਕਿਸੇ ਹਿੱਸੇ 'ਤੇ ਵੀ ਕੋਈ ਵਿਪਤਾ ਜਾਂ ਦੁੱਖ ਆਉਂਦਾ ਉਹਦੇ ਪ੍ਰਤੀ ਜ਼ਰੂਰ ਸੋਚਦਾ ਅਤੇ ਸੋਚਣਾ ਚਾਹੀਦਾ। ਉਹ ਹਾਲਾਤ ਅੱਜ ਦੇ ਇਹ ਮੰਗ ਕਰਦੇ ਨੇ, ਸਾਡੇ ਸਿਰ ਇੱਕ ਜ਼ਿੰਮੇਵਾਰੀ ਆਇਦ ਕਰਦੇ ਨੇ ਕਿ ਅਸੀਂ ਜੋ ਹਾਲਾਤ ਵਾਪਰ ਰਹੇ ਨੇ, ਜਿਸ ਤਰ੍ਹਾਂ ਹਮਲੇ ਹੋ ਰਹੇ ਨੇ, ਜਿਸ ਤਰ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਇਸ ਕਸਤੂਰੀ 'ਤੇ ਵਾਰ ਵਾਰ ਹਮਲੇ ਹੋ ਰਹੇ ਨੇ, ਬੇਅਦਬੀਆਂ ਹੋ ਰਹੀਆਂ ਨੇ, ਕਦੀ ਵਰਿਆਂ ਦਹਾਕਿਆਂ ਤੋਂ ਮੈਂ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਲਈ ਵਾਰ ਵਾਰ ਆਵਾਜ਼ਾਂ ਉਠਾ ਰਿਹਾ, ਪਰ ਕੀ ਕਾਰਨ ਹੈ? ਸਿੱਖ ਉਸ ਵਾੜੀਏ ਰਾਤਾ ਰਾਮ ਵਾਂਗੂ ਉੱਥੋਂ ਦੀ ਹਰਿਆਵਲ ਵਿੱਚ, ਉੱਥੋਂ ਦੇ ਗੁੜ ਦੀ ਮਿਠਾਸ ਵਿੱਚ ਹੀ ਮਸਤ ਹੈ। ਅਜੇ ਤੱਕ ਵੀ ਅਸੀਂ ਉਹਦੇ ਵਿੱਚੋਂ
ਕੋਈ ਆਪਣੇ ਲਈ ਗੁੜ ਭੱਦੀ ਦੀ ਰੋੜੀ ਪਾ ਲੈਂਦੇ ਹਾਂ, ਦੇਖਦਾ ਕੀ ਹੈ ਬਦਕਿਸਮਤੀ। ਸਿੱਖੀ ਦੀ ਸਾਡੀ ਆਪਣੀ ਬਦਕਿਸਮਤੀ ਹੈ, ਇਹਦੇ ਵਿੱਚ ਅਸੀਂ ਗੁਨਾਹਗਾਰ ਆਪ ਵੀ ਹਾਂ ਕਿ ਇਹੋ ਜਿਹੇ ਦੁਖਾਂਤ ਵਜੇ ਵਾਪਰਨ ਵਿੱਚ ਵੀ ਅਸੀਂ ਆਪਣੇ ਲਈ ਕੋਈ ਪਦਵੀ, ਆਪਣੇ ਲਈ ਕੋਈ ਜਥੇਦਾਰੀ, ਕੋਈ ਮਨਿਸਟਰੀ, ਕੋਈ ਗੁੜ ਦੀ ਰੋੜੀ ਵਾਂਗੂ ਕੁਛ ਪਾੜ ਰਹੇ। ਪਰ ਵਿਸ਼ਵਾਸ ਕਰਿਓ, ਗੁਰੂ ਦੀ ਕਹੀ ਹੋਈ ਇਹ ਗੱਲ ਜਿਹੜੀ ਸਕਾਰਤ ਹੈ, ਸੱਚ ਹੈ ਕਿ ਗਿੱਲੀ ਗਿੱਲੀ ਰੋਟੜੀ ਪਾਉਂਦੀ ਭਾਵ ਭਾਵਿਆ ਹੈ, ਜੋ ਬੈਠੇ ਸਿਫਾਥਿਆ ਉਭਰੇ ਭਾਗ ਮਥਾਏ। ਗੁਰੂ ਸਾਨੂੰ ਇੰਨਾ ਕੁ ਗਿਆਨ ਬਖਸ਼ੇ, ਆਪਣੀ ਗੋਦ ਵਿੱਚ ਲਵੇ ਤਾਂ ਕਿ ਸਾਡਾ ਭਵਿੱਖ ਸੁਰੱਖਿਅਤ ਹੋਵੇ। ਇਹਨਾਂ ਸ਼ਬਦਾਂ ਨਾਲ ਥਿਮਾਂਦਾ ਜਾ ਚੁੱਕਾ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।